ਸਿਖਾਉਂਦੇ ਬੋਲ ਨਹੀਂ ਉਹ ਬੋਲ ਬੋਲਦਾ ਹੋਰ ਗਾੜੀ ਅੱਗੇ ਤੈਨੂੰ ਇਹ ਸੌਂ ਗਈ ਆ ਅਸੀਂ ਜਾਗਦੇ ਹਾਂ ਪਹਿਲਾਂ ਆਪਣੇ ਉਹਨਾਂ ਰੂਮ ਸਾਫ਼ ਕੀਤਾ ਅੱਜ ਮੈਂ ਸੋਫੇ ਕਲੀਨ ਕਰਨ ਦੀ ਸੋਫਾ ਮੈਂ ਕਲੀਨ ਚੰਗੀ ਤਰ੍ਹਾਂ ਕਰਕੇ ਨਾ ਐਂ ਲੱਗੀ ਜਾਂਦਾ ਪਤਾ ਨਹੀਂ ਕਿੰਨਾ ਕੁ ਘੰਟਾ ਵਿੱਚ ਉੜਿਆ ਹੁੰਦਾ ਹੈ ਨਾ ਮੇਰਾ ਤਾਂ ਕੱਲ੍ਹ ਉਹ ਕਵਰ ਧੋਈਏ ਸੋਫੇ ਦੇ ਸਾਫ਼ ਹੋ ਹੈ ਅੱਜ ਕਰੀ ਇੱਦਾਂ ਵਿਛਾ ਦਿੰਦੇ ਹਾਂ ਚੰਗੀ ਤਰ੍ਹਾਂ ਇਹਦੇ ਨਾਲ ਮੈਂ ਸਾਰੇ ਆ ਕੇ ਉਹ ਵਾਲ ਕੱਢੇ ਸਮਰੀ ਦੇਖਦੀ ਹਾਂ ਵਾਲ ਜਿਹੜੇ ਨਾ ਉਹ ਜਾਂਦੇ ਕੋਈ ਸਾਲ ਵੀ ਨਹੀਂ ਬੜਾ ਬੁਰਾ ਹਾਲ ਹੁੰਦਾ ਵਾ ਅਤੇ ਰੋਟੀ ਆਪਾਂ ਖਾ ਲਈਏ ਟਾਈਮ ਤਾਂ ਦੱਸਦਾ 9 ਵਜੇ ਦਾ ਹੋ ਗਿਆ ਵਾ ਅਤੇ ਆਹ ਵਾਲੀ ਕਲੀਨਿੰਗ ਕਰਕੇ ਫਿਰ ਮੈਂ ਲੰਮੇ ਪੈਣਾ ਮੇਰਾ ਅੱਜ ਮੈਨੂੰ ਨਾ ਜੋਸ਼ ਚੜਿਆ ਬੜੇ ਦਿਨਾਂ ਬਾਅਦ ਮੈਨੂੰ ਜੋਸ਼ ਚੜਿਆ ਸਾਫ਼ ਸਫਾਈ ਕਰਨ ਦਾ ਕਿਉਂਕਿ ਸਾਫ਼ ਸਫਾਈ ਨਾ ਕਿੰਨੇ ਦਿਨਾਂ ਤੋਂ ਤੁਸੀਂ ਵੇਖ ਹੀ ਰਹੇ ਜੇ ਵਲੌਗ ਦੀ ਜਦੋਂ ਫੋਨ ਕਿੱਧਰ ਜਾਣ ਦਿਆ ਹੈ ਅਤੇ ਵਲੌਗ ਦੇ ਤੁਸੀਂ ਕਿੰਨੇ ਦਿਨਾਂ ਤੋਂ ਵੇਖ ਰਹੇ ਜੇ ਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਅਤੇ ਉਹਦਾ ਕਰਕੇ ਮੈਂ ਨਾ ਘਰ ਦੇ ਵਿੱਚ ਚੰਗੀ ਤਰ੍ਹਾਂ ਧਿਆਨ ਹੀ ਨਹੀਂ ਦੇ ਪਾ ਰਹੀ ਕਿਉਂਕਿ ਜਿੰਨਾ ਚਿਰ ਆਪਣਾ ਸਰੀਰ ਨਾ ਨਾ ਠੀਕ ਹੋਵੇ ਉੱਨੀ ਦੇਰ ਕੰਮ ਨਹੀਂ ਹੁੰਦਾ ਅਤੇ ਫੋਨ ਹਿੱਲੀ ਜਾਂਦਾ ਇਹ ਕੀ ਕਰੀਏ ਨਾ ਨਾਲ ਨਾਲ ਉੱਨੀ ਦੇਰ ਕੰਮ ਕਰਨ ਨੂੰ ਕੋਈ ਦਿਲ ਨਹੀਂ ਕਰਦਾ ਅਤੇ ਹੁਣ ਅੱਜ ਤਬੀਅਤ ਥੋੜ੍ਹੀ ਜਿਹੀ ਠੀਕ ਲੱਗੀ ਹੈ ਅਤੇ ਅੱਜ ਮਾਰਿਆ ਹੱਲਾ ਅੱਜ ਮਨ ਨੂੰ ਕਿਹਾ ਕਿ ਮਨਾ ਇਹ ਕੰਮ ਤੈਨੂੰ ਕਰਨੇ ਹੀ ਪੈਣੇ ਆ ਘਰ ਦੀ ਸਾਫ਼ ਸਫਾਈ ਜਿੰਨਾ ਚਿਰ ਨਾ ਹੀ ਉਹਨਾਂ ਚਿਰ ਤੈਨੂੰ ਕੁਝ ਨਹੀਂ ਚੰਗਾ ਲੱਗਣਾ ਅਤੇ ਨਾ ਹੀ ਜੇ ਤੇਰੀ ਸਿਹਤ ਠੀਕ ਵੀ ਹੋਈ ਨਾ ਅਤੇ ਤਾਂ ਵੀ ਨਹੀਂ ਤੈਨੂੰ ਚੰਗਾ ਲੱਗਣਾ ਅਤੇ ਇਸ ਕਰਕੇ ਮੈਂ ਅੱਜ ਮਾਰਿਆ ਹੱਲਾ ਅਤੇ ਸਰੀਰ ਨੂੰ ਆਪਣੇ ਆਪ ਨੂੰ ਦਿੱਤੀ ਸ਼ਾਬਾਸ਼ੀ ਕਿ ਚੱਲ ਮਾਰ ਹੱਲਾ ਅਤੇ ਕਰੀਏ ਕੰਮ ਅਤੇ ਮੇਰੇ ਇਸ ਕੰਮ ਦੇ ਵਿੱਚ ਅੱਜ ਪ੍ਰਭ ਨੇ ਮੇਰੀ ਹੈਲਪ ਕੀਤੀ ਪ੍ਰਭ ਨੇ ਉਹ ਰੂਮ ਹੈ ਚੰਗੀ ਤਰ੍ਹਾਂ ਸਾਫ਼ ਕਰਤਾ ਅਤੇ ਮੈਂ ਪੂਰਾ ਖਿਲਾਰਾ ਚੁੱਕਾ ਅਤੇ ਇੱਕਦਮ ਸਾਫ਼ ਸਫਾਈ ਚੰਗੀ ਤਰ੍ਹਾਂ ਗਈ ਅੱਜ ਮੈਂ ਆਹ ਵਾਲਾ ਰੂਮ ਸਾਫ਼ ਕਰ ਲੈਣਾ ਅਤੇ ਕੱਲ੍ਹ ਨੂੰ ਵੇਖਾਂਗੇ ਆਪਣਾ ਉੱਧਰਲੇ ਅੰਦਰ ਵਾਲੀ ਹੋਣਾ ਅਲਮਾਰੀ ਚੰਗੀ ਤਰ੍ਹਾਂ ਸਾਫ਼ ਕਰਾਂਗੇ ਕਲਾਰਮ ਤੋਂ ਫਾਲਤੂ ਜਿਹੜਾ ਕੱਢ ਕੇ ਸੁੱਕ ਲਿਆਉਣਾ ਅਤੇ ਇੰਨਾ ਨਾ ਮਤਲਬ ਕਿ ਜਿਹੜਾ ਜੇ ਜਿੰਨਾ ਚਿਰ ਨਾਲੋ ਨਾਲ ਸਾਫ਼ ਸਫਾਈ ਨਾ ਨਾ ਹੁੰਦੀ ਰਹੇ ਅਤੇ ਘਰ ਵਿੱਚ ਗੰਦਗੀ ਜੀ ਜਮ੍ਹਾਂ ਆਉਣ ਲੱਗ ਪੈਂਦੀ ਆ ਫਾਲਤੂ ਜਿਹੀਆਂ ਚੀਜ਼ਾਂ ਬੜੀਆਂ ਦਿਖਣ ਲੱਗ ਪੈਣੀਆਂ ਕਿ ਫਾਲਤੂ ਚੀਜ਼ਾਂ ਪਈਆਂ ਅਤੇ ਪ੍ਰਭ ਨੂੰ ਤੇਰੀ ਕਰ ਦਿੰਦੇ ਮਨਿਸਤਰੀ ਨਾਲ ਦੀ ਨਾਲ ਵੀਡੀਓ ਬਣਾ ਦਿਆ ਅਤੇ ਨਾਲ ਦੀ ਨਾਲ ਹਿੱਲੀ ਜਾਂਦਾ ਹਿੱਲੀ ਜਾਂਦਾ ਅਤੇ ਆ ਨਹੀਂ ਅੜਦੀ ਹੈ ਆਂਦੀ ਮਸਾਜ ਕਰਾਂ ਤੇ ਨਾ ਤੂੰ ਵੀ ਚੜ ਕੇ ਲੈਣਾ ਤੇ ਇੱਧਰ ਇੱਕ ਹੁਣ ਪੌੜੀਆਂ ਕਿ ਇੱਧਰ ਰੱਖੀਆਂ ਵਾ ਆਹ ਜਿਹੜੇ ਇੱਧਰ ਵਾਲੇ ਇੱਧਰ ਪੌੜੀਆਂ ਇੱਧਰ ਰੱਖੀਆਂ ਅਤੇ ਮੈਂ ਆਹ ਜਿਹੜੇ ਇੱਧਰ ਵਾਲੇ ਸੋਹਣਾ ਦੇ ਛੱਡ ਕੇ ਕਰਕੇ ਬਸ ਆਹ ਵੀ ਇਹੋ ਲੈ ਕੇ ਆ ਇੱਧਰ ਵਾਲਾ ਪਾਰਟੀ ਅਤੇ ਫਿਰ ਆਪਾਂ ਇਹਨਾਂ ਨੂੰ ਵਿਛਾ ਕੇ ਅਤੇ ਫਿਰ ਆਪਾਂ ਲੰਮੇ ਪੈਣੀਆਂ ਇੱਧਰ ਕੋ ਗਾਈਸ ਵਾਈ ਕੱਟ ਕਰ ਇਹਦੀ ਵਾਈ ਕੱਟ ਕਰ ਬੰਦ ਕਰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਇੱਧਰ ਅਸੀਂ ਅੱਜ ਆ ਗਏ ਹਾਂ ਜਿਹੜਾ ਉਦਣ ਆਪਣੀ ਵੀਡੀਓ 'ਚ ਤੁਸੀਂ ਵੇਖਿਆ ਨਾ ਜਿਹੜਾ ਹੁੰਦਾ ਮਾਸੀ ਆਹ ਵੀ ਚੀਜ਼ ਲੈ ਜਾਈਏ ਅਤੇ ਆਹ ਵੀ ਚੀਜ਼ ਲੈ ਜਾਈਏ ਅਤੇ ਟਿੱਡਾ ਆ ਆਪਣੇ ਸਾਈਕਲ ਦੇ ਵਿੱਚ ਵੇਖੋ ਕੀ ਰੱਖ ਕੇ ਬੈਠਾ ਬਲੂਟੂਥ ਲਾ ਕੇ ਬੈਠਾ ਇੱਡੇ ਵਿੱਚ ਚੀ ਗਾਣੇ ਅਤੇ ਪੜ੍ਹਨਾ ਪੜ੍ਹਨਾ ਆਉਂਦਾ ਕਿ ਨਹੀਂ ਹੈਂ ਜਿੱਦਾਂ ਗਾਣੇ ਸੁਣਦਾ ਉਹ ਪੜ੍ਹਨਾ ਵੀ ਆਉਂਦਾ ਵਾ ਕਿ ਨਹੀਂ ਆਉਂਦਾ ਕੀ ਪੜ੍ਹਦਾ ਹੁੰਦਾ ਸਕੂਲੇ ਸਕੂਲੇ ਜਾ ਕੇ ਮੈਡਮ ਛੁੱਟੀਆਂ ਦਾ ਕੰਮ ਕਰ ਲਈ ਛੁੱਟੀਆਂ ਦਾ ਕੀ ਕੀਤਾ ਮੈਨੂੰ ਖਾ ਕਾਪੀ ਕੱਢ ਕੇ ਅਤੇ ਜੇ ਮੈਡਮ ਨੇ ਕੁੱਟਿਆ ਮੁੜ ਕੇ ਸਕੂਲੇ ਜਾ ਕੇ ਵੀ ਨਹੀਂ ਕੰਮ ਕੀਤਾ ਫਿਰ ਹੈਂ ਮੈਂ ਕਰ ਕਹਿੰਦੀ ਮੈਡਮ ਦਾ ਨੰਬਰ ਹੈਗਾ ਮੈਂ ਕਰਕੇ ਜਾਂਦੀ ਉਹਨੂੰ ਫੋਨ ਕਰਾਂ ਕਰਾਂ ਫੋਨ
ਵੀ ਮੈਡਮ ਜੀ ਆ ਵੇਖ ਮੈਂ ਇਹਦੀ ਵੀਡੀਓ ਬਣਾਉਣ ਲੱਗੀ ਹਾਂ ਅਤੇ ਇੱਦਾਂ ਮੈਂ ਇਹਦੀ ਮੈਡਮ ਨੂੰ ਵਿਖਾ ਦੇਣੀ ਆ ਵੀ ਮੈਡਮ ਜੀ ਇੱਧਰ ਦੇਖੋ ਮੁੰਡੇ ਨੇ ਨਵਾਂ ਸਾਈਕਲ ਲਿਆ ਅਤੇ ਉੱਤੇ ਬਲੂਟੂਥ ਰੱਖਿਆ ਅਤੇ ਮੈਂ ਨਹੀਂ ਉੱਚੀ ਆਵਾਜ਼ 'ਚ ਕਰਕੇ ਗਾਣੇ ਲਾਏ ਕਿਤੇ ਮੈਂ ਅੱਜ ਕੱਲ੍ਹ ਨਿੱਕਿਆਂ ਨੂੰ ਹੀ ਹੱਥ ਚੁੱਕੀ ਪਈ ਵੱਡਿਆਂ ਨੇ ਤਾਂ ਚੁੱਕਣੇ ਨਿੱਕਿਆਂ ਨੇ ਖਾਏ ਬੜੀ ਗਰਮੀ ਯਾਰ ਇੱਕ ਤਾਂ ਜਦੋਂ ਵੇਲਾ ਜਿੱਥੇ ਵੀ ਜਾਈਏ ਨਾ ਜਦੋਂ ਕਿਤੇ ਪ੍ਰਾਹੁਣੇ ਆਏ ਹੁਣ ਇਹ ਨਹੀਂ ਕਿਤੇ ਵੀ ਉਦੋਂ ਸਾਡੇ ਘਰ ਮੰਮੀ ਗਈ ਤਾਂ ਬੱਤੀ ਚਲੇਗੀ ਰਾਤ ਅੱਜ ਅਸੀਂ ਇਹਨਾਂ ਦੇ ਘਰ ਪ੍ਰਾਹੁਣੇ ਆਏ ਅਸੀਂ ਮੈਂ ਆਈ ਹਾਂ ਆਪਣੀ ਮਾਸੀ ਦੇ ਘਰ ਉਹ ਮੇਰੀ ਮਾਸੀ ਦੀ ਫੋਟੋ ਲੱਗੀ ਸਾਹਮਣੇ ਤੁਸੀਂ ਵੇਖ ਸਕਦੇ ਜੀ ਜਿਨ੍ਹਾਂ ਦੀ ਪਿਛਲੇ ਸਾਲ ਡੈਥ ਹੋ ਗਈ ਸੀਗੀ ਅਤੇ ਅੱਜ ਇੱਥੇ ਆਏ ਹਾਂ ਅਤੇ ਇੱਥੇ ਲਾਈਟ ਚਲੇ ਗਈ ਆ ਇਹ ਜੇ ਪਤਾ ਨਹੀਂ ਬਖਸ਼ੀ ਆ ਲਾਈਟ ਵਾਲਿਆਂ ਨੂੰ ਜਾਂ ਇਹਨਾਂ ਨੂੰ ਪਹਿਲਾਂ ਖਬਰ ਮਿਲ ਜਾਂਦੀ ਆ ਵੀ ਪ੍ਰਾਹੁਣੇ ਚੱਲੇ ਕਿਸੇ ਦੇ ਘਰ ਅਤੇ ਬੱਤੀ ਖਿਲਾ ਦਿਓ ਹੈ ਨਾ ਇਹ ਬਖਸ਼ੀ ਆ ਬੱਤੀ ਵਾਲਿਆਂ ਨੂੰ ਜਾਪਦੀ ਅਤੇ ਹੁਣ ਆਪਾਂ ਬੈਠੇ ਅੰਦਰ ਅਤੇ ਆਉਂਦੀ ਆਹ ਟੂੰ ਟੂੰ ਕੀ ਹੁੰਦਾ ਮੈਂ ਤਾਂ ਖਾਣੇ ਮੈਂ ਏ ਸੀ ਚੱਲਦਾ ਖਾਣੀ ਮੈਨੂੰ ਅੱਗੇ ਉਹ ਤਾਂ ਮੈਂ ਕਿਤੇ ਬਾਹਰ ਗਈ ਅਤੇ ਮੈਨੂੰ ਆਵਾਜ਼ ਆਈ ਅਤੇ ਮੈਂ ਖੜੀ ਏ ਸੀ ਚੱਲਿਆ ਮੈਂ ਲੈ ਬੱਤੀ ਆ ਗਈ ਅਤੇ ਇੱਧਰ ਮਾਸੀ ਦੀ ਕੁੜੀ ਲੱਗੀ ਆ ਸਾਡੇ ਲਈ ਰੋਟੀ ਪਾਣੀ ਤਿਆਰ ਕਰਨ ਰਹਿਣ ਤਾਂ ਪੈਣਾ ਅਸੀਂ ਨਹੀਂ ਖਾਣਾ ਭੁੱਖ ਨਹੀਂ ਲੱਗੀ ਸਾਨੂੰ ਮੈਂ ਆਉਂਦੀ ਛਿੱਤਰ ਨਾ ਖਾਈ ਲੈ ਇੱਕ ਤੇਰਾ ਸੋਚਣ ਦਿਆ ਵੀ ਇੰਨੀ ਗਰਮੀ ਦੇ ਵਿੱਚ ਤੂੰ ਕਿੱਥੇ ਖਾਵੇਂਗੀ ਅਤੇ ਇਹ ਕਰਨੀ ਬਗਾਨਾ ਮੁੰਡਾ ਬਗਾਨ ਅੱਛਾ ਉਹ ਬਗਾਨਾ ਵਾ ਅਤੇ ਅਸੀਂ ਨਹੀਂ ਬਗਾਨੇ ਹੈ ਨਾ ਹਾਏ ਬੜੀ ਗਰਮੀ ਅੰਦਰ ਯਾਰ ਅੰਦਰ ਤਾਂ ਬਹੁਤ ਬੁਰਾ ਹਾਲ ਹੁੰਦਾ ਇੰਨਾ ਬੁਰਾ ਹਾਲ ਹੈ ਨਾ ਤੂੰ ਇਕੱਲੇ ਲੂਣ ਵਾਲੇ ਚੌਲ ਹੀ ਬਣਾ ਲੈਂਦੀ ਉਹ ਇਕੱਲੇ ਲੂਣ ਵਾਲੇ ਚੌਲ ਬਣਾ ਲਾ ਤਾਂ ਰਾਤ ਨੂੰ ਨਾ ਪੜਾਈ ਅੱਛਾ ਅੱਛਾ ਰਾਤ ਨੂੰ ਤੇਰੇ ਨਾਲ ਦੋ ਚਾਰ ਜਾਣੇ ਹੋਣੇ ਉਦੋਂ ਤੂੰ ਆਟਾ ਗੁੰਨ ਕੇ ਰੋਟੀਆਂ ਬਣਾ ਲਈ ਹਾਏ ਬੜੀ ਗਰਮੀ ਲੱਗਣ ਦੀ ਇੱਕ ਉਹਨੇ ਸਰੀਰ ਕੇ ਗੰਢੇ 'ਤੇ ਕੜੱਤਣ ਹੀ ਕੜੱਤਣ ਕਰਤੀ ਇੱਥੇ ਬਰਾਂਡੇ ਦੇ ਵਿੱਚ ਬੁਰਾਹਾਲ ਕਰਤਾ ਅੱਖਾਂ ਐ ਭਰ ਗਈਆਂ ਮੇਰੀਆਂ ਅੱਥਰੂਆਂ ਦੇ ਨਾਲ ਓਹੋ ਅੱਖਾਂ ਹੀ ਨਹੀਂ ਖੁੱਲ੍ਹਣ ਦਈਆਂ ਅਤੇ ਬੁਰਾਹਾਲ ਹੋ ਗਿਆ ਹੈ ਨਾ ਕੜੱਤਣ ਪੈਂਦੇ ਨਾ ਅੱਖਾਂ 'ਚ ਉਹ ਉਹਦੇ ਵੀ ਵਿਚਾਰੇ ਦੇ ਪੈਂਦੇ ਹੀ ਆ ਉਹ ਵੀ ਅੱਖਾਂ ਬੰਦ ਕਰਦਾ ਕਰ ਫਿਰਦਾ ਵਿਚਾਰਾ ਯਾਰ ਪਿੰਦਰ ਮੇਰੀ ਨਾ ਬੜੇ ਦਿਨਾਂ ਤੋਂ ਆਹ ਅੱਖ ਕੰਬੀ ਜਾਂਦੀ ਕੰਬੀ ਜਾਂਦੀ ਸੱਜੀ ਪਤਾ ਨਹੀਂ ਕਿਉਂ ਹੈ ਉਹਨੂੰ ਸਮਝ ਨਹੀਂ ਲੱਗੀ ਉਹਨੂੰ ਮੇਰੇ ਸੁਣਿਆ ਹੀ ਨਹੀਂ ਮੈਂ ਕੀ ਆਖਾਂ ਆਹ ਕੰਬੀ ਜਾਂਦੀ ਸੱਜੀ ਬੜੇ ਦਿਨ ਲੈ ਉਹ ਆਪਦੇ ਰੋਣੇ ਰੋਈ ਜਿਹਦੀ ਉਹਦੀ ਗੱਲ ਕੀਤੀ ਉਹ ਆਪਦੇ ਗਰਮੀ ਗਰਮੀ ਨੇ ਸੁਰਤ ਬੰਦਲਾਈ ਪਈ ਤਾਂ ਕੋਈ ਕਹੀਦਾ ਕੋਈ ਤਾਂ ਸੁਣਦਾ ਕੁਝ ਤਾਂ ਇੱਧਰ ਵੇਖੋ ਅਸੀਂ ਆਏ ਕਿ ਤੂੰ ਆਇਆ ਵਾਂ ਇੱਧਰ ਕੋਈ ਗਏ ਆਪਣੀ ਸਕੂਟਰ ਸਾਈਕਲ ਦੇ ਵਿੱਚ ਫੜਿਆ ਨੇ ਅਗਲੇ ਠੰਡੇ ਦੀ ਬੋਤਲ ਰੱਖੀ ਅਤੇ ਇਕੱਲਾ ਹੀ ਲੈ ਕੇ ਤੁਰਿਆ ਫਿਰਦਾ ਲੈ ਮੈਨੂੰ ਦੇ ਦੇ ਘੁੱਟ ਪੀਣ ਨੂੰ ਓਏ ਦੇ ਦੇ ਬੜਾ ਗੰਦਾ ਬੰਦਾ ਹੀ ਇਹ ਜੇ ਵੇਲੋ ਕਿਤੇ ਚੀਜ਼ ਨਹੀਂ ਦਿੰਦਾ ਬੜੀ ਨੀਤ ਮਾੜੀ ਕੱਲ੍ਹ ਦੀ ਆਹ ਵੇਲੋ ਨਿਊ ਮਾਡਰਨ ਮਾਡਰਨ ਬੱਚੇ ਵੇਖੋ ਜੀ ਅੱਜ ਕੱਲ੍ਹ ਨਿਊ ਜਨਰੇਸ਼ਨ ਕਿੱਧਰ ਨੂੰ ਚੱਲਣ ਦੀ ਆਉਣ ਵਾਲਾ ਯੂਥ ਇੱਦਾਂ ਤੁਰਿਆ ਕਰੂਗਾ ਨਾ ਠੰਡੇ ਵਾਲੀ ਬੋਤਲ ਨਾਲ ਹੀ ਰੱਖਿਆ ਕਰਦੀ ਹੈ ਨਾ ਸਾਈਕਲ ਦੇ ਵਿੱਚ ਜਿੱਥੇ ਜੀ ਕਿੱਦਾਂ ਖਲ ਵੇ ਤੇ ਤੱਤੀ ਹੋ ਗਈ ਹੋਣੀ ਆ ਲੈ ਲੈ ਉੱਥੇ ਹੀ ਲੱਗ ਗਿਆ ਪੀਣ ਫੇਰ ਉੱਧਰ ਦੇਖੋ ਆਹ ਵੇਖੋ ਕਿਹਦਾ ਮੋਟਰਸਾਈਕਲ ਲੈ ਗਏ ਮਸ ਉਹ ਸ਼ਾਨੇ ਵਾਲਾ ਤਰੱਕੀਆਂ ਕਰੂਗਾ ਹੈ ਦੱਸ ਕਿੱਡਾ ਇਹਨੂੰ ਆਖਰ ਆਈ ਹੁਣੇ ਨਿਕਲੇ ਇਹਨੂੰ ਪਾ ਭੰਗੜਾ ਪਾ ਜਾ ਚਲ ਆਪਾਂ ਪਾਈ ਚੱਲੀ ਚੱਲੇ ਪੁਰਾ ਹੋ ਗਿਆ
ਤੁਹਾਡੀ ਰਸੋਈ ਛੋਟੀ ਰਹਿਣਾ ਮਾਸੀ ਅੱਜ ਦਿਨਾਂ ਬਾਅਦ ਉਹ ਆਪਾਂ ਘਰੋਂ ਨਿਕਲੇ ਅੱਜ ਵੀ ਚੱਲ ਕਿਤੇ ਵਾਂਢੇ ਹੋ ਕੇ ਆਉਂਦੇ ਹਾਂ ਤੇ ਵਾਂਢੇ ਵਾਲਿਆਂ ਨੇ ਸਾਡੀ ਚੰਗੀ ਇੱਜ਼ਤ ਕੀਤੀ ਆ ਲਾ ਤੇ ਵਾਂਢੇ ਵਾਲੇ ਤੁਸੀਂ ਚੰਗੀ ਸਾਡੀ ਇੱਜ਼ਤ ਕੀਤੀ ਆ ਲਾਈਟ ਨਹੀਂ ਆਉਂਦੀ ਤੁਹਾਡੇ ਵੀ ਸਾਡੀ ਚੰਗੀ ਗਰਮੀ 'ਚ ਮਰ ਕੇ ਉਹ ਤੁਸੀਂ ਵੀ ਆਉਂਦੇ ਪੀ ਕੇ ਆਏ ਹਾਂ ਉਹ ਤੁਸੀਂ ਵੀ ਆਉਂਦੇ ਪੀ ਕੇ ਆਏ ਬੜੀ ਗਾਇਸ ਗਰਮੀ 'ਚ ਹੁਣ ਇੱਥੇ ਬਾਹਰ ਆ ਕੇ ਬੈਠੇ ਅਤੇ ਵਿਹੜੇ ਦੇ ਵਿੱਚ ਅਤੇ ਇੱਥੇ ਪੱਖਾ ਚਲਾਇਆ ਉਦੋਂ ਦੇ ਜਿੱਦਾਂ ਦੀਆਂ ਜਿੱਦਾਂ ਦੀਆਂ ਛੁੱਟੀਆਂ ਹੋਈਆਂ ਗਰਮੀਆਂ ਸ਼ੁਰੂ ਹੋਈ ਉਦੋਂ ਦੇ ਘਰੋਂ ਨਹੀਂ ਨਿਕਲੇ ਤੁਸੀਂ ਅੱਜ ਨਿਕਲੇ ਨਿਕਲੇ ਅਤੇ ਜਿੱਥੇ ਆਏ ਉੱਥੇ ਬੱਤੀ ਨਹੀਂ ਹੈਗੀ ਸਹੀ ਗੱਲ ਆ ਇਹ ਤਾਂ ਹੈਗਾ ਮੈਂ ਬਾਹਰ ਦਾ ਰੌਣਕ ਮੇਲਾ ਜਿਹਾ ਵੇਖ ਲਿਆ ਰੂਪ ਆਇਆ ਪਣ ਖੱਬ ਗਿਆ ਗਾੜੀ ਮੇਰੇ ਵੀਡੀਓ 'ਚ ਅਤੇ ਆਹ ਸਾਡੀ ਮਾਸੀ ਦਾ ਮੁੰਡਾ ਚੱਲਿਆ ਬਾਹਰ ਇੱਥੇ ਤਾਂ ਚੱਲਿਆ ਵਾ ਪਰ ਹੁਣ ਮੁੜ ਕੇ ਨਹੀਂ ਆਉਣਾ ਤਿੰਨ ਵਾਰੀ ਦੋ ਤਿੰਨ ਮਹੀਨੇ ਲਾ ਕੇ ਵਾਪਸ ਆਇਆ ਤਾਂ ਐਰ ਕੀ ਮੈਂ ਆਪ ਆਈ ਇਹਨੂੰ ਘਲਾਉਣ ਪਏ ਉਦੋਂ ਇਹਨੇ ਮੈਨੂੰ ਸੱਦਿਆ ਨਹੀਂ ਨਾ ਦੋ ਤਿੰਨ ਵਾਰੀ ਤਾਂ ਕਰਕੇ ਮੁੜ ਆ ਗਿਆ ਤੈਨੂੰ ਆਉਂਦੇ ਨੂੰ ਸੋਨੇ ਦਾ ਤਗਮੇ ਦੇ ਨਾਲ ਸਵਾਗਤ ਕਰਾਂਗੇ ਤੇਰਾ ਏਅਰਪੋਰਟ ਤੇ ਢੋਲ ਖੜਾਂਗੇ ਪੱਕਾ ਆਵੇਗੀ ਆਪਾਂ ਉਹ ਨੀ ਆ ਪੰਜਾਬੀ ਸੱਭਿਆਚਾਰ ਸਿਰ ਦਰਦ ਹੁੰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਵੈਸੇ ਵੀ ਜਗਰੂਪ ਨੇ ਮੇਰਾ ਸਿਰ ਤੇ ਮੇਰਾ ਘਰੋਂ ਹੀ ਦਰਦ ਹੋਣ ਲਾ ਦਿੱਤਾ ਸੀਗਾ ਤੇ ਹੁਣ ਹੋਰ ਜ਼ਿਆਦਾ ਹੋਣ ਦਿਆ ਵਾ ਇਹ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਇੱਕ ਉੱਥੇ ਵੀ ਲਾਈਟ ਤੁਹਾਨੂੰ ਪਤਾ ਨਹੀਂ ਆਉਂਦੀ ਤੇ ਲਾਈਟ ਨਾ ਆਉਂਦਾ ਕਰਕੇ ਨਾ ਅਤੇ ਬੜੀ ਬੁਰੀ ਹਾਲਤ ਹੋਈ ਆ ਕੇ ਮੈਂ ਰੈਸਟ ਕੀਤੀ ਪਰ ਮੈਨੂੰ ਨੀਂਦ ਬਿਲਕੁਲ ਨਹੀਂ ਆਈ ਅੱਖਾਂ ਬੰਦ ਕਰਕੇ ਮੈਂ ਲੰਮੇ ਪਈ ਰਹੀ ਹਾਂ ਅਤੇ ਪਰ ਨੀਂਦ ਬਿਲਕੁਲ ਨਹੀਂ ਆਈ ਅਤੇ ਉਹਦੇ ਨਾਲ ਮੇਰਾ ਹੋਰ ਜ਼ਿਆਦਾ ਹੀ ਸਿਰ ਦਰਦ ਹੋਣ ਲੱਗ ਗਿਆ ਵਾ ਅਤੇ ਹੁਣ ਟਾਈਮ ਹੋ ਗਿਆ ਰੋਟੀ ਪਾਣੀ ਦਾ ਅਤੇ ਰੋਟੀ ਪਾਣੀ ਦੇ ਵਿੱਚ ਅੱਜ ਵੇਖਦੇ ਸਬਜ਼ੀ ਦਾ ਡਿਸਕਸ਼ਨ ਹੀ ਹੁੰਦਾ ਹੀ ਅਜੇ ਸਲਾਹਾਂ ਹੀ ਚੱਲਦੀਆਂ ਪਈਆਂ ਵੀ ਕੀ ਧਰਨਾ 7 ਵਜੇ ਚੱਲੇ ਆ ਨਾ ਕੁਝ ਲਿਆ ਕੇ ਦਿੰਦੇ ਨਾ ਹੋਰ ਅਤੇ ਆਹ ਧਰ ਲਈਏ ਉਹ ਧਰ ਲਈਏ ਦਾਲ ਚੌਲ ਬਣਾ ਲਾ ਫਿਰ
ਹੈ ਹੈ ਸੌਖਾ, ਨਾਲੇ ਉਂਝ ਵੀ ਦਾਲ ਚੌਲ ਹਲਕਾ ਫੁਲਕਾ ਜਿਹਾ, ਸਾੜ ਬੜਾ ਪੈਂਦਾ ਯਾਰ ਮੇਰੇ, ਪਤਾ ਨਹੀਂ ਕੀ ਗੱਲ ਆ। ਉੱਥੇ ਵੀ ਦੋ ਹੀ ਰੋਟੀਆਂ ਖਾਧੀਆਂ ਔਰ ਕੁਛ ਨਹੀਂ ਕੀਤਾ, ਹੈਂ ਅਜੇ ਉਹਨਾਂ ਨੇ ਕੋਈ ਸਮੋਸੇ ਸਮੋਸੇ ਕੁਛ ਨਹੀਂ ਸੀਗਾ, ਸਿਰਫ ਦਾਲ ਔਰ ਦਾਲ ਦੇ ਨਾਲ ਅਤੇ ਇੱਕ ਮਕਰੋਨੀ ਦੀ ਸਬਜ਼ੀ ਸੀਗੀ, ਇੱਦਾਂ ਰੋਟੀ ਖਾਧੀ ਸੀ। ਅਤੇ ਬੜਾ ਨਾ ਪੇਟ ਜਿਹਾ ਵੀ ਅਪਸੈਟ ਜਿਹਾ ਹੋਇਆ ਵਾ, ਹੋਇਆ ਪਿਆ ਵਾ, ਗਰਮੀ ਜੀ ਪਈ ਪਈ, ਕੱਲ੍ਹ ਪਰਸੋਂ ਦੀ ਇੱਕ ਦਰਦ ਹੁੰਦੀ ਆ, ਪਤਾ ਨਹੀਂ ਕੀ ਕਿਹੜੇ ਕਿਹੜੇ ਰੋਗ ਆ। ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ ਤੁਸੀਂ, ਕੁਛ ਨਹੀਂ ਕਹਿੰਦੇ, ਗਰਮੀ ਨਾਲ ਇੰਨੀ ਮੱਤ ਵੱਜੀ ਪਈ ਕੁਝ ਅੱਖਾਂ ਨੂੰ ਦਿਲ ਹੀ ਕਰਦਾ। ਅਤੇ ਬਸ ਗਾਈਸ ਇਹੋ ਹੀ ਤੁਹਾਡੀ ਅਤੇ ਆਪਣੀ ਅੱਜ ਦੀ ਵੀਡੀਓ, ਤੁਸੀਂ ਦੱਸੋ ਤੁਹਾਨੂੰ ਅੱਜ ਆਪਣੀ ਵੀਡੀਓ ਕਿੱਦਾਂ ਦੀ ਲੱਗੀ। ਆਪਾਂ ਗਏ ਹਾਂ ਮਾਸੀ ਦੇ ਕੋਲ, ਮਾਸੀ ਹੋਣਾ ਦੇ ਕੋਲ, ਮਾਸੀ ਦੇ ਬੇਟੇ ਨੇ ਜਾਣਾ ਸੀਗਾ ਕੱਲ੍ਹ ਨੂੰ ਬਾਹਰ, ਉਹਦੀ ਕੱਲ੍ਹ ਨੂੰ ਇਟਲੀ, ਅਤੇ ਕੱਲ੍ਹ ਨੂੰ ਸਵੇਰੇ ਉਹਨੇ 6 ਵਜੇ ਦੀ ਫਲਾਈਟ ਹੈਗੀ ਆ, ਅਤੇ ਇਸ ਕਰਕੇ ਮੈਂ ਚਲੋ ਮਿਲ ਆਉਂਦੇ ਹਾਂ। ਅਤੇ ਨਾਲੇ ਥੋੜ੍ਹੇ ਕੁ ਦਿਨ ਹੋ ਗਏ ਉਦੋਂ ਆਪਰੇਟ ਵੀ ਹੋਇਆ ਸੀ ਲੱਤ ਦਾ, ਅਤੇ ਉਦੋਂ ਵੀ ਆਪਾਂ ਪਤਾ ਲੈਣ ਨਹੀਂ ਜਾਏਗਾ, ਅਤੇ ਮੈਂ ਚਲੋ ਨਾਲੇ ਪਤਾ ਲੈ ਆਉਂਦੇ ਹਾਂ, ਅਤੇ ਨਾਲੇ ਮਿਲ ਆਉਂਦੇ ਹਾਂ, ਕਿਉਂਕਿ ਬਾਅਦ ਵਿੱਚ ਉਹਨੇ ਬਾਹਰ ਚਲ ਜਾਣਾ, ਅਤੇ ਬਾਅਦ ਵਿੱਚ ਜਾਣ ਦਾ ਕੀ ਫਾਇਦਾ ਸੀਗਾ ਹੁਣ ਜਦੋਂ ਆਪਾਂ ਬੰਦੇ ਦੇ ਹੁੰਦਿਆਂ ਹੁੰਦਿਆਂ ਨਾ ਗਿਆ ਸੀ। ਅਤੇ ਇਸ ਕਰਕੇ ਆਪਾਂ ਨੂੰ ਮਿਲ ਕੇ, ਅਤੇ ਆਪਾਂ ਆ ਗਏ 10 ਵਜੇ ਆਪਾਂ ਗਏ, ਅਤੇ 2 ਵਜੇ ਆਪਾਂ ਕੁੱਕ ਤੁਰ ਪਏ, 2:30 ਵਜੇ ਆਪਾਂ ਘਰ ਆ ਗਏ। ਅਤੇ ਬਸ ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ, ਤਾਂ ਜ਼ਿਆਦਾ ਬੋਲਿਆ ਨਹੀਂ ਜਾਂਦਾ। ਅਤੇ ਅੱਜ ਦੀ ਵੀਡੀਓ ਨੂੰ ਸਵੀਕਾਰ ਕਰਿਓ, ਵੀਡੀਓ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਕੇ ਵੀ ਆਪਣਾ ਰਿਵਿਊ ਜੋੜ ਦਿਓ। ਬਾਏ।